ਇਨ ਤਾਂਗਾ ਤੈਨੂੰ ਜੰਨਤ ਵੜਨ ਦੀਆਂ ਉਹ ਕਰ ਲਾ ਫਿਕਰਾਂ ਪੰਜ ਨਮਾਜ਼ਾਂ ਪੜਨ ਦੀਆਂ ਉਹ ਜੇ ਨੇ ਤਾਂਗਾ ਤੈਨੂੰ ਜੰਨਤ ਦੇ ਵਿੱਚ ਵੜਨ ਦੀਆਂ ਕਰ ਲਾ ਫਿਕਰਾਂ ਪੰਜ ਨਮਾਜ਼ਾਂ ਪੜਨ ਦੀਆਂ ਉਹ ਜੇ ਨੇ ਤਾਂਗਾ ਤੈਨੂੰ ਰੱਬ ਦਾ ਦੀਦਾਰ ਕਰਨ ਦੀਆਂ ਕਰ ਲਾ ਫਿਕਰਾਂ ਪੰਜ ਨਮਾਜ਼ਾਂ ਪੜਨ ਦੀਆਂ ਫਜਰ ਦੇ ਬਾਰੇ ਸੋਹਣੇ ਨੇ ਫਰਮਾਇਆ ਏ ਹੈ ਮੁਨਾਫਕ ਜੋ ਮਸਜਿਦ ਨਹੀਂ ਆਇਆ ਏ ਫਜਰ ਦੇ ਬਾਰੇ ਸੋਹਣੇ ਨੇ ਫਰਮਾਇਆ ਏ ਹੈ ਮੁਨਾਫਕ ਜੋ ਮਸਜਿਦ ਨਹੀਂ ਆਇਆ ਏ ਹੈ ਮੁਨਾਫਕ ਜੋ ਮਸਜਿਦ ਨਹੀਂ ਆਇਆ ਏ ਅੱਲਾਹੁ ਅਕਬਰ ਅੱਲਾਹੁ ਅਕਬਰ ਇਸ ਵਾਸਤੇ ਆਉਣ ਆਪਣੀ ਨਮਾਜ਼ ਦੀ ਹਿਫਾਜ਼ਤ ਕਰ ਲਵੋ ਫਜਰ ਦੀ ਨਮਾਜ਼ ਦੀ ਹਿਫਾਜ਼ਤ ਕਰ ਲਵੋ ਮੁਸਲਮਾਨੋ ਮੁਸਲਮਾਨੋ ਆਪਣੀ ਕਬਰ ਦੀ ਫਿਕਰ ਕਰ ਲਵੋ ਇਹ ਨਮਾਜ਼ ਪੜੋਗੇ ਤੇ ਕਬਰ ਅੰਦਰ ਰੋਸ਼ਨੀ ਹੋ ਜਾਏਗੀ ਨਮਾਜ਼ ਪੜੋਗੇ ਤੇ ਰੱਬ ਦਾ ਦੀਦਾਰ ਨਸੀਬ ਹੋਏਗਾ ਨਮਾਜ਼ ਪੜੋਗੇ ਅੱਲਾਹ ਦੀ ਕਸਮ ਅੱਲਾਹ ਜ਼ਿੰਦਗੀ ਅੰਦਰ ਬਹਾਰਾਂ ਪੈਦਾ ਫਰਮਾ ਦੇਗਾ ਮੇਰੇ ਆਕਾ ਕਰੀਮ ਅਲੈਹਿ ਸਲਾਤੁ ਵਸਲਾਮ ਫਰਮਾਉਂਦੇ ਨੇ ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸਲਮ ਨੇ ਫਰਮਾਇਆ ਸਹੀ ਬੁਖਾਰੀ ਅੰਦਰ ਹਦੀਸੇ ਪਾ ਕੇ ਸਹੀ ਮੁਸਲਮ ਅੰਦਰ ਹਦੀਸੇ ਪਾ ਕੇ ਮੇਰੇ ਆਕਾ ਕਰੀਮ ਫਰਮਾਉਂਦੇ ਨੇ ਮੇਰੇ ਆਕਾ ਕਰੀਮ ਅਲੈਹਿ ਸਲਾਮ ਨੇ ਫਰਮਾਇਆ ਮਨ ਸੱਲਲ ਬਰਦੈਨ ਦਖਲ ਅਲ ਜੰਨਾ ਫਰਮਾਇਆ ਜਿਹੜਾ ਬੰਦਾ ਦੋ ਠੰਡੀਆਂ ਨਮਾਜ਼ਾਂ ਪੜ ਲੈਂਦਾ ਏ ਦੋ ਠੰਡੀਆਂ ਨਮਾਜ਼ਾਂ ਪੜ ਲੈਂਦਾ ਏ ਇੱਕ ਫਜਰ ਦੀ ਨਮਾਜ਼ ਏ ਇੱਕ ਅਸਰ ਦੀ ਨਮਾਜ਼ ਏ ਫਰਮਾਇਆ ਜਿਹੜਾ ਬੰਦਾ ਦੋ ਇਹ ਨਮਾਜ਼ਾਂ ਪੜ ਲੈਂਦਾ ਏ ਅੱਲਾਹ ਪਾਕ ਆਪਣੀ ਰਹਿਮਤ ਦੇ ਨਾਲ ਜੰਨਤ ਦਾ ਦਾਖਲਾ ਨਸੀਬ ਫਰਮਾ ਦਿੰਦੇ ਨੇ ਮੈਂ ਦੁਆ ਕਰਨਾ ਅਮੀਨ ਕਿਹਾ ਜੇ ਅੱਲਾਹ ਸੋਹਣਿਆ ਸਾਨੂੰ ਆਪਣੀ ਰਹਿਮਤ ਦੇ ਨਾਲ ਜੰਨਤ ਦਾ ਦਾਖਲਾ ਨਸੀਬ ਫਰਮਾ ਦੇ ਅੱਲਾਹ ਸਾਨੂੰ ਫਜਰ ਦੀ ਨਮਾਜ਼ ਦੀ ਪਾਬੰਦੀ ਕਰਨ ਦੀ ਤੌਫੀਕ ਅਤਾ ਫਰਮਾਏ ਆਓ ਜ਼ਰਾ ਗੌਰ ਕਰਦੇ ਹਾਂ ਜਾਣਾ ਬੜੀ ਅੱਲਾਹ ਦੀ ਕਸਮ ਹੈ ਕਿਸਮਤ ਵਾਲੀ ਬਾਤ ਹੈ ਜਿਹੜਾ ਬੰਦਾ ਫਜਰ ਦੀ ਪਾਬੰਦੀ ਕਰ ਲੈਂਦਾ ਹੈ ਫਜਰ ਦੀ ਨਮਾਜ਼ ਦੀ ਹਿਫਾਜ਼ਤ ਕਰ ਲੈਂਦਾ ਹੈ ਔਰ ਜਿਹੜਾ ਫਜਰ ਨੂੰ ਆਪਣੇ ਜਨਾਬ ਬਿਸਤਰ 'ਤੇ ਜ਼ਾਇਆ ਕਰ ਲੈਂਦਾ ਹੈ ਮੇਰੇ ਆਕਾ ਕਰੀਮ ਅਲੈਹਿ ਸਲਾਤੁ ਵਸਲਾਮ ਨੇ ਉਹਨਾਂ ਦੇ ਬਾਰੇ ਫਰਮਾਇਆ ਸਹੀ ਬੁਖਾਰੀ ਅੰਦਰ ਹਦੀਸੇ ਪਾ ਕੇ ਆਕਾ ਫਰਮਾਉਂਦੇ ਨੇ ਜਿਹੜਾ ਬੰਦਾ ਫਰਮਾਇਆ ਦੋ ਨਮਾਜ਼ਾਂ ਜਿਹੜੀਆਂ ਅਦਾ ਨਹੀਂ ਕਰਦਾ ਆਓ ਜ਼ਰਾ ਮੇਰੇ ਆਕਾ ਨੇ ਉਹਨੂੰ ਮੁਨਾਫਕ ਕਰਾਰ ਦਿੱਤਾ ਜੇ ਫਰਮਾਇਆ ਲੈਸਾ ਸਲਾਤੁਨ ਅਸਖਲ ਅਲਲ ਮੁਨਾਫਿਕੀਨ ਮਿਨ ਅਲ ਫਜਰ ਵਲ ਇਸ਼ਾ ਫਰਮਾਇਆ ਜਿਹੜੇ ਮੁਨਾਫਕ ਹੋਇਆ ਕਰਦੇ ਨੇ ਮੁਨਾਫਕ ਹੋਇਆ ਕਰਦੇ ਨੇ ਉਹਨਾਂ ਤੇ ਦੋ ਨਮਾਜ਼ਾਂ ਬੜੀਆਂ ਭਾਰੀਆਂ ਹੋਇਆ ਕਰਦੀਆਂ ਨੇ ਇੱਕ ਨਿਸ਼ਾ ਦੀ ਨਮਾਜ਼ ਉਹਨਾਂ ਤੇ ਬੜੀ ਭਾਰੀ ਹੋਇਆ ਕਰਦੀ ਏ ਇੱਕ ਫਜਰ ਦੀ ਨਮਾਜ਼ ਬੜੀ ਭਾਰੀ ਹੋਇਆ ਕਰਦੀ ਏ ਅੱਲਾਹ ਦੀ ਕਸਮ ਮੇਰੇ ਮੁਰਸ਼ਦ ਪਾਕ ਨੇ ਫਤਵਾ ਲਗਾਇਆ ਜੇ ਉਹ ਬੰਦਾ ਮੁਨਾਫਕ ਹੈ ਜਿਹੜਾ ਫਜਰ ਨੂੰ ਨਹੀਂ ਪੜਦਾ ਉਹ ਬੰਦਾ ਮੁਨਾਫਕ ਹੈ ਜਿਹੜਾ ਇਸ਼ਾ ਦੀ ਨਹੀਂ ਪੜਦਾ ਜਿਹੜਾ ਮਸਜਿਦ ਵਿੱਚ ਹਾਜ਼ਰ ਨਹੀਂ ਹੁੰਦਾ ਔਰ ਇੱਥੇ ਹੀ ਮੇਰੇ ਆਕਾ ਕਰੀਮ ਨੇ ਬਸ ਨਹੀਂ ਫਰਮਾਈ ਆਓ ਜ਼ਰਾ ਗੌਰ ਕਰਦੇ ਆ ਜਾਣਾ ਇਹ ਵੀ ਸਹੀ ਬੁਖਾਰੀ ਅੰਦਰ ਹਦੀਸੇ ਪਾ ਕੇ ਮੇਰੇ ਆਕਾ ਕਰੀਮ ਫਰਮਾਉਂਦੇ ਨੇ ਮੇਰਾ ਦਿਲ ਕਰਦਾ ਏ ਮੈਂ ਕਿਸੇ ਬੰਦੇ ਨੂੰ ਜਨਾਬ ਜਮਾਤ ਵਾਸਤੇ ਖੜਾ ਕਰ ਜਾਵਾਂ ਆਖੁਜ਼ਾ ਸ਼ੋਲਮ ਮਿਨ ਨਾਰਿ ਫਹਰਿਕ ਅਲਾ ਬਯੂਤਿਹਿਮ ਫਉਹਰਿਕ ਮੱਲਾ ਯਖਰੁਜਾ ਇਲ ਸਲਾਤਿ ਬਾਦੋ ਮੇਰੇ ਆਕਾ ਕਰੀਮ ਫਰਮਾਉਂਦੇ ਨੇ ਉਹ ਜਿਹੜਾ ਅਜ਼ਾਨ ਸੁਣ ਕੇ ਵੀ ਮਸਜਿਦ ਅੰਦਰ ਨਹੀਂ ਆਇਆ ਵੇਖੋ ਜ਼ਰਾ ਆਪਣੇ ਪੈਗੰਬਰ ਦੇ ਅਲਫਾਜ਼ ਤੇ ਗੌਰ ਕਰਿਆ ਜੇ ਉਹ ਜਿਹੜਾ ਰਊਫੁਰ ਰਹੀਮ ਪੈਗੰਬਰ ਹੈ ਜਿਹੜਾ ਰਹਿਮਤੁਲ ਲਿਲ ਆਲਮੀਨ ਪੈਗੰਬਰ ਹੈ ਜਿਹੜਾ ਬੜਾ ਮਿਹਰਬਾਨ ਤੇ ਬੜਾ ਸ਼ਫੀਕ ਪੈਗੰਬਰ ਹੈ ਲੇਕਿਨ ਜਦੋਂ ਨਮਾਜ਼ ਦੀ ਵਾਰੀ ਆਈ ਹੈ ਆਕਾ ਕਰੀਮ ਫਰਮਾਉਂਦੇ ਨੇ ਮੇਰਾ ਦਿਲ ਕਰਦਾ ਹੈ ਮੈਂ ਕਿਸੇ ਬੰਦੇ ਦੀ ਡਿਊਟੀ ਲਗਾ ਦੇਵਾਂ